ਕਰੋਨਾ ਵਾਇਰਸ ਤੋਂ ਬਚਣ ਲਈ ਘਰ ਵਿੱਚ ਹੀ ਰਹੋ। ਕਰਫਿਊ ਵਿੱਚ ਲੋੜ ਪੈਣ ਉੱਤੇ ਹੀ ਘਰ ਤੋਂ ਨਿਕਲੋ। ਘਰ ਤੋਂ ਬਾਹਰ ਨਿਕਲਣ ਲਈ ਆਪਣਾ ਈ ਪਾਸ ਜ਼ਰੂਰ ਬਣਵਾਓ। ਈ ਪਾਸ ਬਣਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ। ਰਜਿਸਟਰ ਕਰਨ ਦਾ ਤਰੀਕਾ ਬਹੁਤ ਹੀ ਸਰਲ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰੋ। ਲਿੰਕ ਖੁੱਲਣ ਤੋਂ ਬਾਅਦ ਆਪਣੀ ਸ਼੍ਰੇਣੀ ਚੁਣੋ। ਫਿਰ ਆਪਣਾ ਨਾਮ, ਪਤਾ ਅਤੇ ਪੁੱਛੀ ਗਈ ਜਾਣਕਾਰੀ ਭਰੋ। ਸਾਰੀ ਜਾਣਕਾਰੀ ਭਰਨ ਤੋਂ ਬਾਅਦ ਸਬਮਿਟ ਬਟਨ ਉੱਤੇ ਕਲਿੱਕ ਕਰੋ। ਰਜਿਸਟਰ ਕਰਨ ਦੇ ਬਾਅਦ ਸੰਬੰਧਿਤ ਵਿਭਾਗ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰੇਗਾ। ਜਾਣਕਾਰੀ ਦੀ ਪੜਤਾਲ ਕੀਤੇ ਜਾਣ ਦੇ ਬਾਅਦ ਤੁਹਾਨੂੰ ਈ ਪਾਸ ਲਈ ਸੂਚਿਤ ਕਰ ਦਿੱਤਾ ਜਾਵੇਗਾ। ਇਸ ਪ੍ਰਕਾਰ ਤੁਸੀਂ ਆਪਣਾ ਈ ਪਾਸ ਪ੍ਰਾਪਤ ਕਰ ਸਕਦੇ ਹੋ। ਹੋਰ ਜਾਣਕਾਰੀ ਜਾਂ ਸਹਾਇਤਾ ਪ੍ਰਾਪਤ ਕਰਨ ਲਈ 112 ਡਾਇਲ ਕਰੋ।